ਅੱਜ ਗਾਂ ਚਾਹੀਦੀ ਹੈ। ਕਿਆ ਬੰਦਾ ਇੰਜ ਸਮਝਣੇ ਛਟਵਾਲਾ ਬੰਦਾ। ਹਾਂਜੀ ਹਾਂ ਨਹੀਂ ਸਵੇਰੇ ਅਸੀਂ ਉਧਰ ਚਲ ਜਾਣਾ। ਅੱਛਾ ਉਹ ਮੇਰੀ ਪੁੱਫੀ ਦਾ ਬੇਟਾ ਮੇਰਾ ਕਜ਼ਨ ਆ ਲੱਗਾ। ਅਲਹਮਦੁਲਿਲਾ ਯਾਰ ਮੈਂ ਤੇਰੇ ਝੂਠ ਲੱਗਾ ਇਹ ਮੁਝੇ ਚੱਕਰ ਕਾ ਨਹੀਂ ਪਤਾ। ਅਸੀਂ ਸਿਰ ਇੱਥੇ ਵਾਲ ਕਟਾਣੇ ਯਾਰ ਇਹ ਬੈਠੇ ਆ ਹਮ ਤਬ ਤੱਕ ਪਤਾ ਕਰਾਤੇ ਆ। ਓਏ ਅਸਲਾਮੁਅਲੈਕੁਮ ਗਾਇਸ, ਕੀ ਹਾਲ ਚਾਲ? ਉਮੀਦ ਕਰਨਾ ਤੁਸੀਂ ਸਾਰੇ ਠੀਕ ਹੋ ਗਏ ਗਾਇਸ। ਅੱਜ ਦਾ ਮੇਰਾ ਇਹ ਨਿਊ ਵਲੌਗ ਠੀਕ ਹੈ। ਅੱਬੂ ਜੀ ਅੱਜ ਕਾਲ ਕੋਈ ਨਹੀਂ ਆਇਆ, ਇਸ ਵਾਰ ਤਾਂ ਗਾਂ ਮੈਨੂੰ ਖੁਦ ਚੋਣੀ ਪੈਣੀ ਸੀ। ਇਸ ਵਾਰ ਮੈਂ ਅੱਛੀ ਪਈ ਛੱਡਣ ਲੱਗਾ, ਪੱਠੇ ਪੁੱਠੇ ਨੂੰ ਪਾ ਦਿੱਤੇ। ਤਰਾ ਵਸ਼ੀ ਨੇ ਵੇਖਣਾ ਚੁੰਗ ਚੁੰਗ ਲਿਆ ਵੇਖਣਾ ਥਣਾਂ ਦੇ ਉੱਤੇ ਝੱਗ ਜੇ ਲੱਗੇ ਸੋਹਣੀ ਚ ਮੈਂ ਪਾਣੀ ਵਗੈਰਾ ਲੈ ਆਉਂਦਾ। ਤੇ ਹੁਣ ਆਪਾਂ ਬਿਸਮਿਲ੍ਲਾ ਰਹਿਮਾਨ ਰਹੀਮ ਪੜ੍ਹ ਕੇ ਚਾਹੇ ਗਾਂ ਚਾਹੀਦੀ। ਠੀਕ ਹੈ ਹੁਣ ਆਪਾਂ ਕੱਪੜੇ ਪਾਣੇ ਮੱਛੀ ਬੰਨ ਦੀ ਉਨਕੇ ਚਲੋ ਆ ਜਾਓ ਬਸ ਇੰਨਾ ਹੀ ਬੜਾ ਤੂੰ ਇੰਨਾ ਟੱਪਣਾ ਇੰਨਾ ਨਾ ਕਰ ਸ਼ਰਾਰਤਾਂ ਕਰਦੀ ਬਣੀ ਦਿੱਤਾ ਤੂੰ ਮੂੰਹ ਦੇ ਬੋਤਲ ਵੀ ਲਾਤੀ ਮਿੱਟੀ ਨਾ ਖਾਏਗੀ। ਹੁਣ ਆਪਾਂ ਛੇ ਛੇਤੀ ਹੱਥ ਧੋ ਲਈ ਕਰੇ ਤੂੰ ਵਰਦੀ ਪਾਈ ਆਪਾਂ ਫਿਰ ਸਕੂਲ ਦਾ ਅੱਜ ਬਾਜਰਾ ਪਾਇਆ ਹੀ ਨਹੀਂ। ਚਲੋ ਮੈਂ ਬਾਜਰਾ ਪਾ ਲੈਣਾ ਨਾ
ਪੱਠੇ ਖਾਧੀ ਜਾਂਦੀਆਂ ਬਾਂਦਰੀਆਂ ਜੀ। ਬੋਲੇ ਚੱਲਾਂ ਠੀਕ, ਬੜੀ ਲੇਟ ਅੱਗੇ ਬੜੀ ਜ਼ਿਆਦਾ ਹੋ ਗਈ ਠੀਕ ਹੈ, ਬਾਕੀ ਅੱਲਾ ਉਰਦੀ ਉਰਦੀ ਪਾ ਲਈ ਮੈਂ ਹੁਣ ਗਈ ਚੱਲਾਂ, ਕਈ ਮੋਬਾਈਲ ਕੋਈ ਨਹੀਂ ਲੈ ਕੇ ਜਾਣਾ ਕਰਨਾ ਅੱਜ ਤੋਂ ਬਾਅਦ ਠੀਕ ਹੈ, ਅਤੇ ਮੋਬਾਈਲ ਇੱਥੇ ਰੱਖ ਦਿੱਤਾ ਚਾਰਜਰ 'ਤੇ ਅੱਲਾ ਦੀ ਪਾਲ ਘਟਾਉਣ ਆ ਗਿਆ ਹੈ। ਕਾਲੂ ਕੱਟਾ, ਕਾਲੂ ਕੱਟਾ ਜੇ ਇਹ ਬੜਾ ਵੱਡਾ ਕਾਲੂ ਕੱਟਾ, ਕਿਉਂ ਨਹੀਂ ਕਟਵਾਉਣੇ ਤੂੰ, ਕਿਉਂ ਨਹੀਂ ਕਟਾਣੇ, ਹਾਂ ਲਾਹੌਰ ਸੇ ਕਟਾਣੇ ਨਾ, ਇਸੇ ਲਈ ਸਹੀ ਤਰ੍ਹਾਂ ਬੜੇ ਲੈ ਗਈ, ਇੱਕ ਬੰਦਾ ਅਸੀਂ ਬਿਠਾ ਦਿੱਤਾ ਤੈਨੂੰ ਵੀ ਲੱਗਦਾ, ਤੂੰ ਬੰਦੇ ਦੀ ਇੱਜ਼ਤ ਬਿਸਤੀ ਕੋਈ ਸ਼ੈ ਨਹੀਂ ਬੰਦੇ ਦੀ, ਹੈਂ ਗੋ ਨਵੇਂ ਲੱਗੋ ਨਾ ਤੇਰੀ ਵਿੱਚ ਆਉਣ ਦੀ ਮੈਨੂੰ ਪਤਾ ਯਾਰ, ਆ ਬੰਦੇ ਨੂੰ ਵੀ ਆਈ ਪੀ ਐਮ ਬਣਾ ਦੀ, ਕਿਆ ਬੰਦਾ ਐਂ ਜੀ ਸਮਝ ਛਟਵਾਲਾ ਬੰਦਾ, ਹਾਂਜੀ ਹਾਂ ਨਹੀਂ ਸਵੇਰੇ ਅਸੀਂ ਉਧਰ ਦਿੰਦਾ, ਉਹ ਮੇਰੀ ਪੁੱਫੀ ਦਾ ਬੇਟਾ ਮੇਰਾ ਕਜ਼ਨ ਆ, ਅਲਹਮਦੁਲਿਲਾ ਯਾਰ ਮੈਂ ਤੇਰਾ ਝੂਠ ਲੱਗਾ, ਇਹ ਮੁਝੇ ਚੱਕਰ ਕਾ ਨਹੀਂ ਪਤਾ, ਅਸੀਂ ਸਿਰੇ ਤੇ ਵਾਲ ਕਟਾਣੇ ਯਾਰੀ ਟੁੱਟਣ ਦੀ ਖਾਦੀ ਸੁਣਾ ਠੀਕ ਹੈ, ਪੱਪੂ ਬੱਚੇ ਬਣ ਗਏ ਚਾਹ ਘਰ ਸੱਕ ਦੇ ਦੇਖੋ ਮਜ਼ੇ ਭਾਈ ਚੈੱਕ ਕਰ ਬਿਲਕੁਲ ਅੱਗੇ ਤਰ੍ਹਾਂ ਮਤਲਬ ਕਿ ਮਲੰਗ ਮਲੂੰਗ ਨਹੀਂ ਬਣੇ, ਅਤੇ ਕਟਿੰਗ ਵਗੈਰਾ ਹੁਣ ਕਰਵਾ ਕੇ ਆਏ ਠੀਕ, ਇਹ ਦੇਖੋ ਮਹਿਮਾਨ ਵਗੈਰਾ ਆਉਣੇ ਸ਼ੁਰੂ ਐਵੇਂ ਲੱਗੇ ਹੁੰਦੇ ਹਨ, ਪਰ ਦਫਾ ਆਈ ਆ ਨਾ ਕਰ ਨਾ ਤੰਗ ਕਰ ਇਹਨੂੰ, ਆਪੀ ਨਾ ਤੰਗ ਕਰ ਇਹਨੂੰ, ਲੱਤ ਮਾਰ ਇਹਨੂੰ, ਲੱਤ ਮਾਰ ਦੇ ਇਹਨੂੰ, ਲੱਤ ਮਾਰ ਦੇ ਗਾਈਸ, ਐਸ ਸਰੀਏ ਜੀ ਦੀ ਤਿਆਰੀ ਤੇ ਵਿੱਚ ਜ਼ਿਆਦਾ ਬੜਾ ਮਸ਼ਰੂਮ ਨਹੀਂ ਸਕਦਾ, ਕੋਈ ਕੰਟੈਂਟ ਨਹੀਂ ਲੱਭਾ, ਐਸੀ ਗਾਈ ਸਾਡੀ ਲਾਈਵ ਦੀ ਉਮੀਦ ਕਰਨਾ ਤੁਹਾਨੂੰ ਚੰਗੀ ਲੱਗੇਗੀ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕੀਤਾ, ਸਬਸਕ੍ਰਾਈਬ ਕਰੇ, ਓਕੇ ਅੱਲਾ ਹਾਫਿਜ਼।